ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ, ਤੁਹਾਨੂੰ ਅੱਜ ਝੋਨਾ ਬੀਜਣ ਵਾਲੀ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਹਾਂ ਜੋ ਗੁਰਨਾਮ ਸਿੰਘ ਐਂਡ ਸੰਜ ਖੁੰਨਣ ਕਲਾਂ ਦੀ ਬਣੀ ਹੋਈ ਹੈ। ਇਹ ਮਸ਼ੀਨ ਬਿਲਕੁਲ ਅਲੱਗ ਤਰ੍ਹਾਂ ਨਾਲ ਬਣੀ ਹੋਈ ਹੈ। ਮਸ਼ੀਨ ਦੇ ਅੱਗੇ ਇੱਕ ਰੂਲਾ ਦਿੱਤਾ ਹੋਇਆ ਹੈ ਅਤੇ ਰੂਲੇ ਦੇ ਉੱਪਰ ਵੀ ਸ਼ੇਪ ਕੰਗਣੀਆਂ ਲੱਗੀਆਂ ਹੋਈਆਂ ਨੇ ਜੋ ਹਲ ਤੋਂ ਪਹਿਲਾਂ ਓੜੇ ਨੂੰ ਪ੍ਰੈਸ ਕਰਕੇ ਰੱਖਦੀਆਂ ਨੇ ਅਤੇ ਡਲੀਆਂ ਬਰੀਕ ਕਰਦੀਆਂ ਨੇ, ਮਿੱਟੀ ਨੂੰ ਕਰੜਾ ਕਰਦੀਆਂ ਨੇ। ਅਤੇ ਰੂਲਾ ਲੱਗਿਆ ਹੋਣ ਕਰਕੇ ਮਸ਼ੀਨ ਦੋਨੇ ਪਾਸੋਂ ਬਿਲਕੁਲ ਪੱਧਰ ਲੱਗਦੀ ਹੈ। ਘੱਟ ਤੋਂ ਘੱਟ ਮਸ਼ੀਨ ਤੁਸੀਂ ਲਾ ਸਕਦੇ ਹਾਂ ਰੂਲੇ ਲੱਗੇ ਹੋਣ ਕਰਕੇ। ਇਸ ਦੇ ਨਾਲ ਰੌਣੀ ਦੇ ਵਿੱਚ ਵੀ ਅਤੇ ਸੁੱਕੇ ਦੇ ਵਿੱਚ ਵੀ ਜਰਮੀਨੇਸ਼ਨ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ। ਮਸ਼ੀਨ ਦੇ ਵਿੱਚ ਜੋ ਪਲੇਟਾਂ ਵਾਲਾ ਸਿਸਟਮ ਲੱਗਿਆ ਉਹ ਦੇਗੀ ਲਗਾਇਆ ਹੋਇਆ, ਨਾ ਇਹ ਰਬੜ ਦਾ ਅਤੇ ਨਾ ਇਹ ਐਲੂਮੀਨੀਅਮ ਦਾ। ਇਹਦੀ ਲਾਈਫ ਬਹੁਤ ਜ਼ਿਆਦਾ ਹੈ, ਕਈ ਸਾਲਾਂ ਤੱਕ ਚੱਲਣ ਵਾਲਾ ਇਹ ਸਿਸਟਮ ਹੈ, ਜਲਦੀ ਖਰਾਬ ਨਹੀਂ ਹੁੰਦਾ। ਅਤੇ ਸਟੈਪ ਵਾਲਾ ਸਿਸਟਮ ਵੀ ਮਸ਼ੀਨ ਦੇ ਲੱਗਿਆ ਹੋਇਆ, ਸਟੈਪ ਵਾਲਾ ਵੀ ਸਿਸਟਮ ਬਿਲਕੁਲ ਵੱਖਰੀ ਤਕਨੀਕ ਨਾਲ ਲੱਗਿਆ ਹੋਇਆ ਹੈ। ਇਸ ਮਸ਼ੀਨ ਦੇ ਵਿੱਚ ਜੋ ਬੀਜ ਰੋਕਣ ਵਾਲਾ ਤਕਨੀਕ ਲੱਗੀ ਹੋਈ ਹੈ ਉਸ ਦੇ ਵਿੱਚ ਕਿਤੇ ਵੀ ਕੋਈ ਪਿੰਨ, ਰਾੜ ਜਾਂ ਨਟ ਬੋਲਟ ਨਹੀਂ ਲੱਗਿਆ। ਪਿੰਨਾਂ ਰਾੜਾਂ ਜਦੋਂ ਘਸ ਜਾਂਦੀਆਂ, ਥੋੜ੍ਹਾ ਚਿਰ ਚੱਲਦੀਆਂ, ਫਿਰ ਉਹ ਬੀਜ ਰੋਕਣ ਵਾਲੀ ਐਕੋਰੇਸੀ ਨਹੀਂ ਰਹਿੰਦੀ। ਇਸ ਦੇ ਵਿੱਚ ਸਾਰਾ ਸਿਸਟਮ ਫਿਕਸ ਕੀਤਾ ਹੋਇਆ, ਇਹ ਲੰਮਾ ਸਮਾਂ ਚੱਲਣ ਵਾਲਾ ਸਿਸਟਮ ਲਗਾਇਆ, ਨਾ ਇਹਦੇ ਵਿੱਚ ਕੋਈ ਚੀਜ਼ ਘਸਣ ਵਾਲੀ ਹੈ ਅਤੇ ਨਾ ਕੋਈ ਟੁੱਟਣ ਵਾਲੀ ਹੈ। ਰੂਲੇ ਦੇ ਨਾਲ ਬਿਜਾਈ ਦੇ ਵਿੱਚ ਸਫਾਈ ਵੀ ਬਹੁਤ ਆਉਂਦੀ ਹੈ। ਇਹ ਹੁਣ ਸੁੱਕੇ ਦੇ ਵਿੱਚ ਬਿਜਾਈ ਚੱਲ ਰਹੀ ਹੈ ਅਤੇ ਤੁਸੀਂ ਦੇਖੋ ਮਗਰ ਕਿੰਨਾ ਸਾਫ਼ ਦਿਸ ਰਿਹਾ। ਵੱਤਰ ਦੀ ਬਿਜਾਈ ਵਿੱਚ ਵੀ ਸਫਾਈ ਬਹੁਤ ਵਧੀਆ ਆਉਂਦੀ ਹੈ। ਮਸ਼ੀਨ ਦੇ ਉੱਪਰ ਕੰਟੈਕਟ ਨੰਬਰ ਦਿੱਤੇ ਗਏ ਨੇ, ਜਿਸ ਵੀ ਕਿਸਾਨ ਭਰਾ ਨੇ ਸੰਪਰਕ ਕਰਨਾ ਹੋਵੇ ਉਹ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦਾ। ਹਰ ਪੋਰ ਦੇ ਉੱਪਰ ਇੱਕ ਪੀਕ ਦਿੱਤੀ ਗਈ ਹੈ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਪੋਰਾਂ ਦੇ ਵਿੱਚ ਬੀ ਸਹੀ ਤਰ੍ਹਾਂ ਨਾਲ ਆ ਰਿਹਾ ਜਾਂ ਰੁਕ ਰਿਹਾ। ਇਸ ਤੋਂ ਇਲਾਵਾ ਅੱਗੇ ਇਸੇ ਮਸ਼ੀਨ ਦੀ ਬਿਜਾਈ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ 5 ਇੰਚ, 7 ਇੰਚ, 9 ਇੰਚ ਅਤੇ 12 ਇੰਚ ਦੀ ਬਿਜਾਈ ਹੈ। ਅਲੱਗ ਅਲੱਗ ਵਰਾਇਟੀਆਂ ਦੀ ਇਹ ਬਿਜਾਈ ਕੀਤੀ ਗਈ ਹੈ, ਰੂਲੇ ਵਾਲੀ ਮਸ਼ੀਨ ਨਾਲ ਹੀ ਕੀਤੀ ਗਈ ਹੈ। ਵੀਡੀਓ ਦੇਖਣ ਲਈ ਸਾਰੇ ਹੀ ਕਿਸਾਨ ਭਰਾਵਾਂ ਦਾ ਧੰਨਵਾਦ ਕਰਦੇ ਹਾਂ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।